ਤੇ ਮੇਰਾ ਨਾਮ ਵਿਕਾਸ ਟਕਸਾਲੀ ਹੈ ਜੀ ਤੇ ਮੇਰੀ ਸ਼ੋਪ ਹੈ ਨਿਊ ਚਾਈਨਾ ਟਾਊਨ ਤੇ 1.5-2 ਸਾਲ ਤੋਂ ਇੱਥੇ ਨਿਊ ਸ਼ੋਪ ਤੇ ਕੰਮ ਕਰ ਰਹੇ ਹਾਂ ਅਸੀਂ ਮਤਲਬ ਸ਼ੁਰੂ ਕੀਤਾ ਵਾ ਤੇ ਅੱਜ ਸਵੇਰੇ ਤੜਕੇ ਸਾਨੂੰ ਮਤਲਬ 6 ਵਜੇ ਫੋਨ ਆਇਆ ਕਿਸੇ ਰਾਹਗੀਰ ਦਾ ਤੇ ਉਹਨਾਂ ਨੇ ਦੱਸਿਆ ਵੀ ਤੁਹਾਡੀ ਦੁਕਾਨ ਤੇ ਮਤਲਬ ਬਾਹਰ ਪੌੜੀ ਲੱਗੀ ਹੋਈ ਆ ਤੇ ਬਾਹਰੋਂ ਸ਼ੀਸ਼ੇ ਸ਼ੀਸ਼ੇ ਟੁੱਟੇ ਹੋਏ ਆ ਤੇ ਉਧਰੋਂ ਵੀ ਐਂਟਰ ਹੋਇਆ ਲੱਗਦਾ ਤੇ ਅਸੀਂ ਸਵੇਰੇ ਦੋਨੇ ਭਰਾਵਾਂ ਨੇ ਆ ਕੇ ਦੇਖਿਆ ਤੇ ਬਾਹਰੋਂ ਮਤਲਬ ਜਾਲੀ ਵਾਲੀ ਸਾਈਡ ਟੁੱਟੀ ਹੋਈ ਸੀਗੀ ਤੇ ਜਦੋਂ ਸ਼ਟਰ ਚੱਕ ਕੇ ਅਸੀਂ ਅੰਦਰ ਦੇਖਿਆ ਤੇ ਕਾਫੀ ਸਮਾਨ ਦਾ ਖਲੇਰਾ ਪਿਆ ਹੋਇਆ ਸੀ ਕਿ ਸਾਰਾ ਕੁਝ ਫੁੱਲਾ ਫੁਲਾਰੀ ਹੋਈ ਪਈ ਸੀਗੀ ਤੇ ਉੱਪਰੋਂ ਦੀ ਐਂਟਰ ਹੋਣ ਤੋਂ ਬਾਅਦ ਨੀਚੇ ਆ ਕੇ ਸਾਰੀ ਦੁਕਾਨ ਤੇ ਉਹਨਾਂ ਨੇ ਫੁੱਲਾ ਫੁਲੀ ਕੀਤੀ ਆ ਤੇ ਮਹਿੰਗੇ ਮਹਿੰਗੇ ਟੋਏ ਨੂੰ ਹੱਥ ਪਾਇਆ ਤੇ ਗੱਲੇ 'ਚ ਕਾਫੀ ਘੱਟ ਹੀ ਸੀਗਾ ਕੈਸ਼, ਉਹਦਾ ਨੁਕਸਾਨ ਹੋਇਆ ਥੋੜ੍ਹਾ ਜਿਹਾ ਤੇ ਬਾਕੀ ਜਿਹੜੀ ਮਹਿੰਗੀ ਆਈਟਮਾਂ ਲੈ ਗਏ ਆ ਥੋੜ੍ਹਾ ਥੋੜ੍ਹਾ ਸਮਾਨ ਕਰਦੇ ਕਰਦੇ DVR ਵਗੈਰਾ ਵੀ ਤੇ ਕੈਮਰੇ 'ਚ ਕੋਈ ਰਿਕਾਰਡਿੰਗ ਨਹੀਂ ਹੋ ਪਾਈ ਜਿਹੜੀ ਤੇ ਨਾ ਹੀ ਉਹਨਾਂ ਬਾਰੇ ਕੋਈ ਪਤਾ ਚੱਲ ਪਾਇਆ ਹਜੇ ਤੇ ਘੱਟੋ ਘੱਟ ਪੁਲਿਸ ਨੂੰ ਸੂਚਿਤ ਕੀਤਾ ਸੀਗਾ ਤੇ SHO ਸਾਹਿਬ ਮੌਕਾ ਦੇ ਗਏ ਆ ਸਵੇਰੇ ਆ ਕੇ ਤੇ ਸਾਰਾ ਕਾਰਵਾਈ ਕਰ ਗਏ ਆ ਤੇ ਭਰੋਸਾ ਦੇ ਕੇ ਗਏ ਆ ਸਾਨੂੰ ਵੀ ਜਲਦੀ ਤੋਂ ਜਲਦੀ ਚੋਰਾਂ ਨੂੰ ਫੜਿਆ ਕੋਈ ਜਾਊਗਾ। ਕਿਸੇ ਤਰ੍ਹਾਂ ਦਾ ਸੁਰਾਗ ਕੋਈ ਨਹੀਂ, ਕੁਛ ਨਹੀਂ, ਪਿੱਛੇ ਸਾਡੇ ਮਹੀਨਾ ਕੁ ਪਹਿਲਾਂ ਦੁਕਾਨ ਤੇ ਚੋਰੀ ਕਰਦਾ ਇੱਕ ਮੁਲਾਜ਼ਮ ਫੜਿਆ ਗਿਆ ਸੀਗਾ, ਉਹਨੂੰ ਅਸੀਂ ਦੁਕਾਨ ਤੋਂ ਕੱਢ ਦਿੱਤਾ ਸੀ, ਪੁਲਿਸ ਰਿਪੋਰਟ ਵੀ ਕਰਾਈ ਸੀਗੀ ਤੇ ਉਹਦੀ ਮਤਲਬ ਵੀਡੀਓ ਰਿਕਾਰਡਿੰਗ ਵੀ ਦਿਖਾਈ ਸੀਗੀ ਸਾਰੀ ਵੀ ਇਦਾਂ ਇਦਾਂ ਚੋਰੀ ਕਰਦਾ ਫੜਿਆ ਗਿਆ ਵਾ ਤੇ ਹੋਰ ਪੁਰਾਣੀਆਂ ਚੋਰੀਆਂ ਵੀ ਸਾਡੀ ਪਹਿਲੀ ਦੁਕਾਨ ਤੇ ਹੁੰਦੀਆਂ ਰਹੀਆਂ ਤੇ ਉਹ ਮੰਨਿਆ ਨਹੀਂ ਤੇ ਹਜੇ ਵੀ ਸਾਨੂੰ ਉਹਦੇ ਤੇ ਡਾਊਟ ਆ ਜਾਂ ਹੋਰ ਵੀ ਕੋਈ ਹੋ ਸਕਦਾ ਵਾ, ਫਾਈਨਲ ਨਹੀਂ ਆ। ਮਤਲਬ ਅਸੀਂ ਕਹਿੰਦੇ ਉਹਨੂੰ ਵੀ ਮਤਲਬ ਫੜਿਆ ਜਾਵੇ ਤੇ ਉਹ ਤੇ ਵੀ ਪੁੱਛਗਿੱਛ ਕੀਤੀ ਜਾਵੇ ਤੇ ਦੂਸਰਾ ਤਾਂ ਹੋਰ ਕੋਈ ਸੁਰਾਗ ਨਹੀਂ ਹੈ ਜੀ। ਬਾਕੀ ਇਹ ਨੁਕਸਾਨ ਆ ਜਿਹੜਾ ਸਾਡਾ 1-1.5 ਲੱਖ ਦਾ ਹੋ ਚੁੱਕਾ ਵਾ। ਬਾਥਰੂਮ ਵਗੈਰਾ ਦੀ ਗੱਲ ਆਈ ਹੈ ਕਿ ਚੋਰਾਂ ਨੇ ਉਹ ਵੀ ਕੀਤਾ? ਆ ਉਹ ਤਾਂ ਚਲੋ ਉੱਪਰ ਉਹਨਾਂ ਦੀ ਹੁਣ ਸ਼ਰਾਰਤ ਹਨੇਰੇ 'ਚ ਨਹੀਂ ਕਿ ਪਤਾ ਚੱਲਣਾ ਕਿੱਥੇ ਜਾਣਾ, ਇਦਾਂ ਦਾ ਕੰਮ ਆ ਮਾਚਿਸਾਂ ਬਾਲੀਆਂ ਗਈਆਂ ਅੰਦਰ, ਇਦਾਂ ਵੀ ਜਿੱਦਾਂ ਕਿ ਜਾਂ ਕੁਛ ਖਾ ਪੀ ਕੇ ਗਏ ਆ, ਜਿੱਦਾਂ ਇੱਥੇ ਜਿੱਦਾਂ ਕੋਈ ਸਮੈਕ ਸਮੂਕ ਨਾ ਪੀ ਕੇ ਗਏ ਹੁਣ ਜਾਂ ਉਦਾਂ ਕੁਛ ਲੱਭਦੇ ਸੀਗੇ ਅੰਦਰੋਂ ਜਾਂ ਉਦਾਂ ਸ਼ਰਾਰਤ ਨਹੀਂ ਕਰ ਗਏ, ਇਹਨਾਂ ਸਾਡਾ ਜ਼ਰੂਰ ਬਚਾਅ ਹੋਇਆ ਵਾ। ਕੋਈ ਕੈਸ਼ ਦਾ ਨੁਕਸਾਨ ਹੈ? ਕੈਸ਼ ਦਾ ਤਾਂ ਥੋੜਾ ਹੀ ਹੋਇਆ ਵਾ ਜੀ, ਬਾਕੀ ਸਮਾਨ ਆ ਮਹਿੰਗੇ ਮਹਿੰਗੇ ਟੋਏ ਆ, ਜਿੱਦਾਂ ਕੋਈ 2-3 ਹਜ਼ਾਰ ਵਾਲੀਆਂ ਵੱਡੀਆਂ ਵੱਡੀਆਂ ਚੀਜ਼ਾਂ, ਬੱਚਿਆਂ ਦੀਆਂ ਆਈਟਮਾਂ, ਕਾਰਾਂ ਕੂਰਾਂ ਵਾ, ਹੈਲੀਕਾਪਟਰ, ਡਰੋਨ, ਇਹ ਚੀਜ਼ਾਂ ਦਾ ਜ਼ਿਆਦਾ ਨੁਕਸਾਨ ਹੋਇਆ ਵਾ। ਵੱਡੇ ਸਿਪਰ ਵਗੈਰਾ ਜਿੱਦਾਂ ਹੈਗੇ ਆ ਮਹਿੰਗੇ, ਜਿੱਦਾਂ ਉਹ ਚੀਜ਼ਾਂ ਨੂੰ ਹੱਥ ਪਾਇਆ ਗਿਆ। ਮੰਗ ਕੀ ਕਰਦੇ ਆ? ਮੰਗ ਕੀ, ਅਸੀਂ ਕਹਿੰਦੇ ਵੀ ਚੋਰਾਂ ਨੂੰ ਠੱਲ ਪਾਈ ਜਾਵੇ ਤੇ ਜਿਹੜੀ ਬਾਂਦੀ ਕਾਰਵਾਈ ਉਹ ਕੀਤੀ ਜਾਵੇ ਤੇ ਛੇਤੀ ਤੋਂ ਛੇਤੀ ਫੜਿਆ ਜਾਵੇ ਚੋਰਾਂ ਨੂੰ। ਮੈਂ ਇਹ ਕਹਿਣਾ ਚਾਹੁੰਦਾ ਵਾਂ ਵੀ ਦੇਖੋ ਅੱਜ ਚਾਈਨਾ ਟਾਊਨ ਦੇ ਚੋਰੀ ਹੋਈ ਆ, ਇੱਦਾਂ ਅਕਸਰ ਹੀ ਵਾਰਦਾਤ 1-2 ਮਹੀਨੇ ਕਿਤੇ ਨਾ ਕਿਤੇ ਦੁਕਾਨਦਾਰ ਨਾਲ ਹੁੰਦੀਆਂ ਰਹਿੰਦੀਆਂ ਜੀ। ਮੈਂ ਪੁਲਿਸ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦਾ ਵੀ ਦੇਖੋ ਅਸੀਂ ਮਿਹਨਤਾਂ ਕਰਦੇ ਹਾਂ, ਅਸੀਂ ਆਪਣੇ ਕੰਮ ਲਈ ਜਿੰਨਾ ਵੀ ਟਾਈਮ ਡਿਵੋਟ ਕਰ ਸਕਦੇ ਹਾਂ ਡਿਵੋਟ ਕਰਦੇ ਹਾਂ, ਪਰ ਇਹ ਬਾਜ਼ਾਰ 'ਚ ਕੱਲ੍ਹ ਦੀ ਗੱਲ ਆ। ਦੇਖੋ ਹੁਣ ਰਾਤੀ ਤੁਸੀਂ ਬਾਜ਼ਾਰ ਦੇ ਕੈਮਰੇ ਚੈੱਕ ਕਰੋ, ਮੰਡੀਰ ਲੰਘਦੀ ਆ, ਹੌਰਨ ਮਾਰੀ ਜਾਂਦੀ ਆ, ਹਾਕੀਆਂ ਫੜੇ ਆ, ਦਾਤਰ ਫੜੇ ਆ, ਉਹ ਪਰੇ ਬਾਜ਼ਾਰ ਦੇ ਵਿੱਚੋਂ ਲੰਘਣ ਡਿਆ 9 ਵਜੇ ਦਾ ਟਾਈਮ ਆ। ਹੁਣ ਦੇਖੋ ਆਪਾਂ ਇਹ ਨਹੀਂ ਕਹਿਣਾ ਚਾਹੁੰਦੇ ਵੀ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗ ਰਿਹਾ, ਪਰ ਕਿਤੇ ਨਾ ਕਿਤੇ ਨਾ ਨਾਕੇ ਹੋਣ ਦੀ ਵਜ੍ਹਾ ਕਰਕੇ, ਨਾ ਨਾ ਗਸ਼ਤ ਹੋਣ ਦੀ ਕਰਕੇ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ। ਮੰਡੀਰ ਨੂੰ ਵਾਧਾ ਮਿਲ ਰਿਹਾ, ਮੰਡੀਰ ਸ਼ਰੇਆਮ ਗੁੰਡਾਗਰਦੀ ਕਰ ਰਹੀ ਆ। ਅੱਜ ਚਾਈਨਾ ਟਾਊਨ ਦੀ ਦੁਕਾਨ 'ਤੇ ਕੰਮ ਹੋਇਆ ਵਾ, ਕੱਲ੍ਹ ਨੂੰ ਕਿਸੇ ਨਾਲ ਵੀ ਇਹ ਕੰਮ ਹੋ ਸਕਦਾ। ਮੈਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਵੀ ਕਿਰਪਾ ਕਰਕੇ ਰਾਤ ਨੂੰ ਗਸ਼ਤ ਪ੍ਰੋਪਰ ਅਤੇ ਪ੍ਰੋਪਰ ਨਾਕੇਬੰਦੀ ਹੋਵੇ, ਜਿਹਦੇ ਨਾਲ ਦੁਕਾਨਦਾਰ ਸੇਫ ਹੋ ਸਕੇ ਅਤੇ ਦੁਕਾਨਦਾਰ ਆਪਣੀ ਦੁਕਾਨਦਾਰੀ ਆਰਾਮ ਨਾਲ ਕਰ ਸਕੇ, ਰਿਲੈਕਸ ਹੋ ਕੇ ਕਰ ਸਕੇ। ਮੇਰੀ ਬੇਨਤੀ ਇਹੀ ਹੈ ਪੁਲਿਸ ਪ੍ਰਸ਼ਾਸਨ ਅੱਗੇ। ਆਮ ਸਿਵਲੀ ਨਾ ਤੁਹਾਨੂੰ ਇਹ ਲੱਗਦਾ ਕਿ ਉਹ ਦਹਿਸ਼ਤ ਦੇ ਵਿੱਚ? ਪੂਰਾ ਦਹਿਸ਼ਤ 'ਚ ਆ ਜੀ, ਪੂਰਾ ਦਹਿਸ਼ਤ 'ਚ ਆ। ਦੇਖੋ 9 ਵਜੇ ਮੈਂ ਅਤੇ ਮੇਰਾ ਬੇਟਾ ਦੁਕਾਨ ਬੰਦ ਕਰ ਰਹੇ ਸੀ, ਮੁੰਡੇ ਇੱਥੇ ਲੰਘ ਰਹੇ ਆ, ਉਹਨਾਂ ਦੇ ਹੱਥ 'ਚ ਦਾਤਰ ਫੜੇ ਆ, ਬੇਸਬਾਲ ਫੜੇ, ਹਾਕੀਆਂ ਫੜੀਆਂ ਵਾ। ਆਪਾਂ ਉਹਨਾਂ ਨੂੰ ਜਾਣਦੇ ਥੋੜ੍ਹੀ ਹਾਂ, ਆਪਾਂ ਉਹਨਾਂ ਨੂੰ ਜਾਣਦੇ ਨਹੀਂ, ਨਾ ਹੀ ਆਪਾਂ ਜਾਣਨਾ ਚਾਹੁੰਦੇ ਹਾਂ। ਆਪਾਂ ਇਹ ਕਹਿੰਦੇ ਹਾਂ ਵੀ ਆਪਾਂ ਸੇਫ ਹੋਣੇ ਚਾਹੀਦੇ ਹਾਂ, ਪੁਲਿਸ ਨੂੰ ਜਿੱਥੋਂ ਤੱਕ ਸਾਡਾ ਸਾਥ ਚਾਹੀਦਾ ਸਾਨੂੰ ਦੱਸੇ, ਅਸੀਂ ਪ੍ਰਸ਼ਾਸਨ ਦੇ ਨਾਲ ਹਾਂ।